ਅੱਛਾ ਜੀ, ਤੁਹਾਨੂੰ ਤੁਹਾਡੇ ਨਾਲ ਕੱਲ ਹੋਈ ਆ? ਕਿਹੜੇ ਟਕਸਾਲੀ ਕਿਹੜੇ ਆ? ਕਿਹੜੇ ਟਕਸਾਲੀ ਕਿਹੜੇ ਹੁੰਦੇ ਆ? ਹੈ ਮੌਕਾ ਪ੍ਰਸਤਾਂ ਦੀ ਗੱਲ ਕਰ ਮੇਰਾ ਵੀਰ। ਜਦ ਤੱਕ ਤੁਸੀਂ ਜੇਲ੍ਹ ਮਿਨਿਸਟਰ ਦੀ ਇਨਕੁਆਇਰੀ ਨਹੀਂ ਕਰੋਗੇ ਕਿ ਉਹ ਕਿਵੇਂ ਨਹੀਂ ਜ਼ਿੰਮੇਵਾਰ, ਜੇ ਇਹਦਾ ਦਖਲ ਹਟ ਜੇ ਜੇਲ੍ਹਾਂ ਚੋਂ ਤੇ ਜੇਲ੍ਹਾਂ ਦੇ ਹਾਲਾਤ ਸੁਧਰ ਜਾਣ। ਇੰਦਰਾ ਗਾਂਧੀ ਦੇ ਸੋਚ 'ਚ ਬਿੱਟੂ ਬੋਲ ਰਿਹਾ, ਬੜਾ ਸਿਆਣਾ ਬੰਦਾ, ਉਹਨੂੰ ਪਤਾ ਇੱਕ ਵਾਰੀ ਪਹਿਲਾਂ ਐਮ ਪੀ ਵੇਲੇ ਫਿਰੇ ਸੀ, ਇੱਕ ਸੀਟ ਨਹੀਂ ਆਈ ਤੇ ਹੁਣ ਫੇਰ ਉਹ ਜਿਹਾ ਹਾਲ ਹੋਣਾ ਸੀ। ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਟਕਸਾਲੀ ਨਹੀਂ ਮੌਕਾ ਪ੍ਰਸਤ ਹਨ। ਇਹ ਵਿਚਾਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 13 ਫਰਵਰੀ ਦੀ ਰੈਲੀ ਸੰਬੰਧੀ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਇਸ ਦੇ ਨਾਲ ਹੀ ਮਜੀਠੀਆ ਨੇ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਮੁੱਦੇ ਤੇ ਗੱਲ ਕਰਦੇ ਆਖਿਆ ਕਿ ਬੋਨੀ ਅਜਨਾਲਾ ਜੇਕਰ ਪਾਰਟੀ 'ਚ ਵਾਪਸ ਆਉਣਾ ਚਾਹੇ ਤਾਂ ਉਹ ਆ ਸਕਦੇ ਨੇ ਤੇ ਉੱਥੇ ਹੀ ਮਜੀਠੀਆ ਨੇ ਵਿਰੋਧੀ ਧਿਰ ਕੈਪਟਨ ਅਮਰਿੰਦਰ ਸਿੰਘ ਤੇ ਵੀ ਖੂਬ ਰਗੜੇ ਲਾਏ ਨੇ। ਤੇ ਇਸ ਦੇ ਨਾਲ ਹੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਤੇ ਸੰਸਦ ਮੈਂਬਰ ਰਣਜੀਤ ਸਿੰਘ ਬਿੱਟੂ ਤੇ ਵੀ ਭੜਾਸ ਕੱਢੀ ਹੈ। ਜੋ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸ਼੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਖਲੋ ਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਝੂਠੀ ਸਹੁੰ ਜਿਹੜੀ ਖਾ ਕੇ ਲੋਕਾਂ ਨੂੰ ਝੂਠ ਬੋਲਿਆ ਸੀ, ਉਹਨਾਂ ਦੇ ਝੂਠ ਨੂੰ ਉਜਾਗਰ ਕਰਨਾ ਅਤੇ ਪੰਜਾਬ ਦੇ ਲੋਕਾਂ 'ਚ ਜੋ ਰੋਸ ਹੈ, ਚਾਹੇ ਉਹ ਮੁਲਾਜ਼ਮ ਵਰਗ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਨੌਜਵਾਨ ਹੈ, ਚਾਹੇ ਉਹ ਦਲਿਤ ਭਰਾ ਨੇ, ਚਾਹੇ ਉਹ ਬੈਕਵਰਡ ਵੀਰ ਹੈ, ਚਾਹੇ ਉਹ ਇੰਡਸਟਰੀ ਦੇ ਵੀਰ ਨੇ, ਉਹਨਾਂ ਸਾਰੇ ਵਰਗਾਂ ਦੀ ਗੱਲ ਇਹ ਰੋਸ ਰੈਲੀਆਂ 'ਚ ਸਾਰੇ ਪੰਜਾਬ 'ਚ ਕੀਤੀਆਂ ਜਾ ਰਹੀਆਂ ਨੇ। ਔਰ 13 ਤਰੀਕ ਨੂੰ ਰਾਜਾ ਸੰਸੀ ਮੰਡੀ 'ਚ ਜ਼ਿਲ੍ਹੇ ਅੰਮ੍ਰਿਤਸਰ ਦੀ ਉਹ ਰੋਸ ਰੈਲੀ ਰੱਖੀ ਗਈ ਹੈ। ਇਸ ਲਈ ਅੱਜ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਸੰਬੰਧਿਤ ਹਲਕੇ ਨੇ, ਕਿਉਂਕਿ ਕੱਲ੍ਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਿਹਾਤੀ ਖੇਤਰ ਦੇ ਹਲਕਿਆਂ ਦੀ ਮੀਟਿੰਗ ਕਰ ਗਏ ਸੀ, ਇੱਕ ਦਿਨ ਦੋ ਦਿਨ ਪਹਿਲਾਂ ਮੈਂ ਵੀ ਕੀਤੀ ਸੀ, ਔਰ ਅੱਜ ਸ਼ਹਿਰੀ ਅੰਮ੍ਰਿਤਸਰ ਵਾਰਡ ਵਾਈਜ਼ ਇਹਦੀ ਕੀ ਡਿਊਟੀ ਆ, ਉਹ ਅੱਜ ਹਲਕੇ ਵਾਈਜ਼ ਡਿਊਟੀ ਲਾਉਣ ਦਾ ਅੱਜ ਕੰਮ ਕੀਤਾ। ਦੇਖੋ ਅਣਗਹਿਲੀ ਤਾਂ ਹੈ ਹੀ ਜੀ, ਔਰ ਬੜੀ ਦੁਖਦਾਈ ਗੱਲ ਹੈ, ਚਾਹੇ ਉਹ ਤਰਨ ਤਾਰਨ 'ਚ ਜੋ ਹਾਦਸਾ ਹੋਇਆ, ਔਰ ਇਹ ਦੁੱਖ ਦੀ ਗੱਲ ਹੈ ਕਿ ਇਹ ਸੈਕਿੰਡ ਥਰਡ ਹਾਦਸਾ ਹੋ ਗਿਆ ਹੈ। ਜਾਂ ਮੈਂ ਬਟਾਲੇ ਵੀ ਅਸੀਂ ਗੱਲ ਕਰਕੇ ਆਏ ਸੀ, ਉੱਥੇ ਵੀ ਇਹੀ ਕੁਛ ਹੋਇਆ, ਬਹੁਤ ਵੱਡੇ ਮਾਤਰਾ 'ਚ ਇਹ ਐਕਸਪਲੋਜ਼ ਮਟੀਰੀਅਲ ਇੱਕ ਥਾਂ ਪਿਆ ਸੀ, ਔਰ ਸਰਕਾਰ 23 ਮੌਤਾਂ ਹੋ ਗਈਆਂ, ਔਰ ਸਰਕਾਰ ਨੇ ਅੱਜ ਤੱਕ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ, ਕਵਰ ਅਪ ਆਪਰੇਸ਼ਨ ਕੀਤਾ। ਕੱਲ੍ਹ ਵੀ 2 ਡੈਥ ਹੋ ਗਈਆਂ ਨੇ, ਕਾਫੀ ਸੀਰੀਅਸ ਜ਼ਖਮੀ ਨੇ, ਮਗਰ ਉਹਦੇ 'ਚ ਅਣਗਹਿਲੀ ਕੀ ਦੀ, ਪ੍ਰਸ਼ਾਸਨ ਸੁੱਤੀ ਪਈ ਸੀ। ਇਸ ਲਈ ਮੈਂ ਤਾਂ ਅੱਜ ਅਪੀਲ ਕਰੂੰਗਾ ਕਿ ਜਿਹੜਾ ਇਹ ਭਾਵੇਂ ਕਾਨੂੰਨ ਬਣੇ ਨੇ ਕਿ ਇਹ ਫਾਇਰ ਕ੍ਰੈਕਰਸ ਹੋ ਗਏ, ਪਟਾਕੇ ਹੋ ਗਏ, ਇਹਨਾਂ ਦੀ ਰੱਖ ਰਖਾਵ ਕਿਵੇਂ ਹੈ, ਕਿਵੇਂ ਇਹਨਾਂ ਨੂੰ ਹੈਂਡਲ ਕਰਨਾ ਚਾਹੀਦਾ, ਮਗਰ ਇਹਦੀ ਇੰਪਲੀਮੈਂਟੇਸ਼ਨ 0 ਹੈ, ਸਰਕਾਰ ਦੀ ਬੜੀ ਵੱਡੀ ਫੇਲੀਅਰ ਹੈ। ਔਰ ਮੈਂ ਬਟਾਲੇ ਦੇ ਕੇਸ ਲਈ, ਆ ਤਰਨ ਤਾਰਨ ਦੇ ਕੇਸ ਲਈ, ਮੌਲੀ ਦੇ ਕੇਸ ਲਈ, ਅਤੇ ਚਾਹੇ ਉਹ ਜੌੜੇ ਫਾਟਕ ਦਾ ਕੇਸ ਹੈ, ਉਹਦੇ ਲਈ ਜ਼ਿੰਮੇਵਾਰ ਸਰਕਾਰ ਹੈ ਜੀ, ਕਿਉਂਕਿ ਸਰਕਾਰ ਨੇ ਆਪਦੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਿਭਾਈ ਹੁੰਦੀ ਅਤੇ ਅੱਜ ਆ 100-125 ਬੰਦਾ ਜਿਹੜੇ ਅੱਜ ਜ਼ਿੰਦਗੀ ਨੂੰ ਆਪਦੀ ਇਹ ਜ਼ਿੰਦਗੀ ਗਵਾ ਬੈਠੇ, ਉਹ ਸ਼ਾਇਦ ਸਾਡੇ ਵਿੱਚ ਬੈਠੇ ਹੁੰਦੇ। ਅਤੇ ਇਹ ਸਾਰੀ ਕਮਜ਼ੋਰੀ ਔਰ ਅਣਗਹਿਲੀ ਪੰਜਾਬ ਸਰਕਾਰ ਦੀ। ਬੋਨੀ ਜੀ ਬਾਰੇ ਕੀ ਕਹਿਣਾ ਜੀ ਤੁਹਾਡਾ, ਅਕਾਲੀ ਦਲ ਜਾਣਾ ਚਾਹੁੰਦੇ ਨੇ ਉਹ? ਅੱਛਾ ਜੀ, ਤੁਹਾਨੂੰ ਤੁਹਾਡੇ ਨਾਲ ਗੱਲ ਹੋਈ ਆ? ਕਿਹਦੇ ਨਾਲ? ਅਕਾਲੀ ਦਲ ਜਾਣਾ ਚਾਹੁੰਦੇ ਨੇ, ਤੁਹਾਡਾ ਕੋਈ ਵਿਚਾਰ ਕੋਈ ਮੀਟਿੰਗ ਹੋਈ ਹੈ? ਉਹਨਾਂ ਦਾ ਪਰਿਵਾਰ, ਉਹਨਾਂ ਦਾ ਹੀ ਪਰਿਵਾਰ ਹੈ ਜੀ, ਚੰਗੀ ਗੱਲ ਹੈ, ਆਉਣਾ ਚਾਹੁੰਦੇ, ਚੰਗੀ ਗੱਲ ਹੈ, ਪਰਿਵਾਰ ਹੈ ਉਹਨਾਂ ਦਾ। ਟਕਸਾਲੀਆਂ ਦਾ ਕੀ ਖਰਾਬ ਰਿਹਾ? ਕਿਹੜੇ ਟਕਸਾਲੀ ਕਿਹੜੇ ਆ? ਕਿਹੜੇ ਟਕਸਾਲੀ ਕਿਹੜੇ ਹੁੰਦੇ ਆ? ਹੈਂ ਮੌਕਾ ਪ੍ਰਸਤਾਂ ਦੀ ਗੱਲ ਕਰ ਮੇਰਾ ਵੀਰ, ਉਹਨਾਂ ਦੀ ਐਨ ਟਕਸਾਲੀ ਉਹ ਨਹੀਂ ਹੁੰਦੇ ਜਿਹੜਾ ਪਾਰਟੀ ਲਈ, ਜਿਨ੍ਹਾਂ ਨੇ ਏਡੇ ਏਡੇ ਅਹੁਦੇ ਲੈ ਲਏ ਉਹ ਟਕਸਾਲੀ ਨਹੀਂ, ਉਹ ਮੌਕਾ ਪ੍ਰਸਤੀ। ਭਾਰਤ ਵਿੱਚ ਜਿੰਨੇ ਵੀ ਖੇਡਾਂ ਖੇਡੀਆਂ ਜਾਂਦੇ, ਕੋਈ ਪਾਕਿਸਤਾਨ ਦੇ ਨਾਲ ਗੇਮਾਂ ਨਹੀਂ ਖੇਲੀਆਂ ਜਾਂਦੀਆਂ ਕਿਉਂਕਿ ਤਣਾਅ ਦਾ ਮਾਹੌਲ ਹੈ, ਪਰ ਪੰਜਾਬ ਸਰਕਾਰ ਵੱਲੋਂ ਕਬੱਡੀ ਦੀ ਟੀਮ ਭੇਜੀ ਗਈ ਪਾਕਿਸਤਾਨ।
ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਅਤੇ ਕਾਂਗਰਸ ਦੀ ਗੱਲ ਜਿੰਨੀ ਘੱਟ ਕੀਤੀ ਜਾਵੇ ਨਾ ਉਨੀ ਚੰਗੀ ਹੈ। ਮੈਂ ਤਾਂ ਸਭ ਤੋਂ ਪਹਿਲਾਂ ਕੈਪਟਨ ਸਾਹਿਬ ਨੂੰ ਔਰ ਖਜ਼ਾਨਾ ਮੰਤਰੀ ਨੂੰ ਔਰ ਜਾਖੜ ਸਾਹਿਬ ਨੂੰ ਤਿੰਨ ਸਵਾਲ ਕਰੂੰਗਾ। ਤੁਹਾਡੇ ਬਿਜਲੀ ਦੇ ਰੇਟਾਂ ਨੇ ਲੋਕਾਂ ਦੀ ਜਾਨ ਕੱਢਤੀ ਹੈ। ਚੋਣ ਮੈਨੀਫੈਸਟੋ 'ਚ ਤੁਸੀਂ ਵਾਅਦਾ ਕੀਤਾ ਸੀ 5 ਰੁਪਏ। ਅਸੀਂ ਜਦੋਂ 2017 'ਚ ਸਰਕਾਰ ਛੱਡੀ ਆ, ਸਾਡੇ ਉਸ ਵੇਲੇ ਭਾਵੇਂ ਬਿਜਲੀ ਦੇ ਰੇਟ ਕਈ ਸਮਾਂ ਇਹ ਜਿਹਾ ਸੀ 9, 10, 11 'ਚ ਜਦ 12-12 ਰੁਪਏ ਦੀ ਬਿਜਲੀ ਲੈ ਕੇ ਦੇਣੀ ਪਈ, ਮਗਰ ਅਸੀਂ ਲੋਕਾਂ 'ਤੇ ਬੋਝ ਨਹੀਂ ਪੈਣ ਦਿੱਤਾ ਸੀ। ਸਾਡੇ ਵੇਲੇ 5.5 ਰੁਪਏ ਦੇ ਨੇੜੇ ਤੇੜੇ ਰੇਟ ਸੀ, ਅੱਜ ਉਹੀ ਰੇਟ ਇਹਨਾਂ ਨੇ 9 ਰੁਪਏ ਤੱਕ ਪਹੁੰਚਾ ਤਾ। ਟੈਕਸਿਸ ਵੀ ਲਾ ਤੇ ਆ, ਹਰ ਤਰੀਕੇ ਦੇ ਕੇਸ ਵੀ ਰਲੀ ਮਿਲੀ ਭੁਗਤ ਨਾਲ ਹਾਰ ਗਏ ਆ, ਉਹਦਾ ਵੀ ਬੋਝ ਲੋਕਾਂ 'ਤੇ ਪਾ ਤਾ। ਜਿਹੜਾ ਤੁਹਾਡਾ ਵਾਅਦਾ ਸੀ 5 ਰੁਪਏ, ਉਸ ਨੂੰ ਲਾਗੂ ਕਰੋ, ਲੋਕਾਂ 'ਤੇ ਬੋਝ ਨਾ ਪਾਓ। ਔਰ ਲੋਕਾਂ ਨੂੰ ਝੂਠ ਬੋਲਣਾ, ਕਦੇ ਵਾਈਟ ਪੇਪਰ ਲਿਆਵਾਂਗੇ, ਕਦੇ ਬਲੈਕ ਪੇਪਰ ਲਿਆਵਾਂਗੇ, ਕਦੇ ਰੈੱਡ, ਇਹ ਸਰਕਾਰਾਂ ਦੇ ਕੰਮ, ਸਰਕਾਰਾਂ ਦੇ ਕੰਮ ਹੁੰਦੇ ਫੈਸਲੇ ਕਰਨੇ। ਸਰਕਾਰ ਤੁਸੀਂ ਇੱਕ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ 5 ਰੁਪਏ ਬਿਜਲੀ, ਉਹ ਕਿੱਥੇ? ਔਰ ਉਸ ਵਾਅਦੇ ਦੀ ਪੂਰਤੀ ਕਰੋ, ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ। ਕੱਲ੍ਹ ਵੀ ਉਹ ਇੱਕ ਬਿਆਨ ਆਇਆ ਸੀਗਾ ਕਿ ਉਹ ਜਿਹੜੀ ਪਲਾਂਟਾਂ ਦੀ ਜਿਹੜੀ ਉਹ ਪੋਲਿਊਸ਼ਨ ਨੋਰਮਸ ਦੇ ਬਾਰੇ, ਉਹ ਚਿੱਠੀ ਤਾਂ ਆਪ ਸਰਕਾਰ ਨੇ ਲਿਖੀ ਹੈ, ਕਿਉਂ ਲੋਕਾਂ ਦਾ ਮੂਰਖ ਬਣਾਉਣਾ ਸ਼ੁਰੂ ਕੀਤਾ? ਔਰ ਦੂਜੀ ਗੱਲ, ਕੈਪਟਨ ਅਮਰਿੰਦਰ ਸਾਹਿਬ ਨੇ ਜਾ ਕੇ ਕਹਿ ਦਿੱਤਾ ਦਿੱਲੀ 'ਚ 11 ਲੱਖ ਨੌਕਰੀ ਦਿੱਤੀ, ਖਜ਼ਾਨਾ ਮੰਤਰੀ ਕਹਿੰਦਾ ਖਜ਼ਾਨਾ ਖਾਲੀ, ਟੀਚਰਾਂ ਦੀ ਤਨਖਾਹਾਂ 45,000 ਤੋਂ ਕਰਤੀ 12,000, ਅਤੇ 11 ਲੱਖ ਤੁਸੀਂ ਦੇ ਕਦੋਂ ਦਿੱਤੀਆਂ? ਸਾਨੂੰ ਤਾਂ ਦਿਓ, ਦਰਸ਼ਨ ਤਾਂ ਕਰਾਓ, ਅਸੀਂ ਉਹਨਾਂ ਬੱਚਿਆਂ ਦਾ ਵੀ ਸਨਮਾਨ ਕਰੀਏ। ਉਹਨਾਂ ਬੱਚਿਆਂ ਨੂੰ 11 ਦੇ 11 ਲੱਖ ਨੂੰ ਲੈ ਕੇ ਪੰਜਾਬ ਦੀ ਵਿਧਾਨ ਸਭਾ 'ਚ ਪਹੁੰਚੀਏ, ਪੰਜਾਬ ਦੇ ਸੈਕਟੇਰੀਅਟ 'ਚ ਪਹੁੰਚੀ, ਕੈਪਟਨ ਸਾਹਿਬ ਦਾ ਇੱਕ ਵੱਡਾ ਸਨਮਾਨ ਸਮਾਰੋਹ ਅਤੇ ਖਜ਼ਾਨਾ ਮੰਤਰੀ ਦਾ ਰੱਖੀਏ ਕਿ ਦੇਖੋ ਇੰਨੀਆਂ ਨੌਕਰੀਆਂ ਦੇ ਦਿੱਤੀਆਂ। 11 ਲੱਖ ਦਾ ਮਤਲਬ ਹੈ ਕਿ 3 ਲੱਖ ਨੌਕਰੀ ਹਰ ਸਾਲ, ਮਤਲਬ ਕਿ ਹਰ ਵਾਰਡ 'ਚ ਹਰ ਪਿੰਡ 'ਚ ਘੱਟੋ ਘੱਟ 5-5 ਜੀਆਂ ਨੂੰ ਇਹਨਾਂ ਨੇ ਨੌਕਰੀਆਂ ਦਿੱਤੀਆਂ, ਮਗਰ ਕਿੱਥੇ ਆ? ਨੌਕਰੀਆਂ ਖੋਲੀਆਂ, ਚਾਹੇ ਉਹ ਜਿਹੜੇ ਸੇਵਾ ਕੇਂਦਰ ਸੀ ਉਹ ਬੰਦ ਕਰਤੇ, ਟੀਚਰਾਂ ਦੀ ਤਨਖਾਹ ਘਟਾਤੀਆਂ, ਔਰ ਫਿਰ ਝੂਠ ਏਡਾ ਵੱਡਾ, ਫਿਰ ਕਹਿੰਦੇ ਜੀ 5,000 ਸਕੂਲ ਖੋਲਤਾ। ਟੀਚਰਾਂ ਨੂੰ ਤਾਂ ਤੁਸੀਂ ਰੋਜ਼ 76 ਰੁਪਏ ਰੇਟ ਕਰਦੇ ਹੋ ਵਿਚਾਰਿਆਂ ਦੇ, ਜਿਹੜਾ ਨੌਕਰੀ ਮੰਗ ਲਵੇ, ਅਤੇ ਸਮਾਰਟ ਸਕੂਲ ਕਿੱਥੇ ਚੱਲਿਆ? 84 ਨੌਕਰੀਆਂ ਬਣਦੀਆਂ ਜੀ ਇੱਕ ਪਿੰਡ 'ਚ, ਲਿਆਓ ਪਿੰਡ ਵਾਲੇ ਕੱਢ ਕੇ, ਜਿਹੜੇ ਜਿਹੜੇ ਪਿੰਡ 'ਚ 84 ਨੌਕਰੀ ਸਰਕਾਰ ਨੇ ਹਰ ਸਾਲ 'ਚ ਇੱਕ ਪਿੰਡ 'ਚ ਆ 3 ਸਾਲਾਂ 'ਚ ਦਿੱਤੀ, ਅਸੀਂ ਤਾਂ ਆਪ ਸਨਮਾਨ ਕਰਾਂਗੇ। ਔਰ ਕੈਪਟਨ ਸਾਹਿਬ ਦਾ ਧੰਨਵਾਦ ਕਰਕੇ ਪੱਕੀ ਸਮਰਥਨ ਕਰਾਂਗੇ ਕਿ ਇਹੋ ਜਿਹੇ ਮੁੱਖ ਮੰਤਰੀ ਪੰਜਾਬ ਨੂੰ ਚਾਹੀਦਾ, ਹੋਰ ਕੋਈ ਚਾਹੀਦਾ ਹੀ ਨਹੀਂ। ਮਗਰ ਜੇ ਝੂਠ ਬੋਲਦਾ ਤਾਂ ਫਿਰ ਇਨਸਾਫ ਹੀ ਹੋ ਜਾਣਾ ਲੋਕਾਂ। ਹਾਂਜੀ, ਹੋਰ ਲੈਣ ਦਿਓ ਨਾ ਜੀ, ਰਿਜ਼ਲਟ ਆ ਲੈਣ ਦਿਓ, ਫਿਰ ਬੋਲਾਂ। ਪਰਨੀਤ ਕੌਰ ਜੀ ਦਾ ਬਿਆਨ ਆਇਆ ਕਿ ਦਿੱਲੀ 'ਚ ਆਪ ਦੀ ਸਰਕਾਰ ਬਣ ਰਹੀ ਹੈ, ਕਿ ਕਾਂਗਰਸ ਦਾ ਕੋਈ ਕੁਛ ਨਹੀਂ ਉੱਥੇ ਜੀ? ਚਲੋ ਚੰਗੀ ਗੱਲ ਆ, ਸੱਚ ਤਾਂ ਬੋਲਿਆ। ਦੇਖੋ ਕਾਂਗਰਸ ਦਾ ਤਾਂ ਸਭ ਸਪਸ਼ਟ ਹੀ ਆ ਜੀ, ਜਦੋਂ ਉਹਨਾਂ ਦਾ ਰਾਹੁਲ ਗਾਂਧੀ ਭੱਜ ਗਿਆ ਜੀ ਮੈਦਾਨ ਛੱਡ ਕੇ, ਤਾਂ ਫਿਰ ਕੀ ਬਣਨਾ ਕੀ ਆ ਜੀ? ਵੱਡੇ ਬੀਬੀ ਜੀ ਕਹਿੰਦੇ ਨਹੀਂ ਸਿਹਤ ਨਹੀਂ ਠੀਕ ਰਹਿੰਦੀ, ਉਹ ਭੱਜ ਗਿਆ, ਅਤੇ ਉੱਥੇ ਤਾਂ ਹੈ ਹੀ ਨਹੀਂ ਡਰਾਈਵਰ ਤੋਂ ਬਗੈਰ ਗੱਡੀ ਤੁਰੀ ਫਿਰਦੀ ਹੈ, ਤਾਂ ਇਹੀ ਕੁਛ ਹੋਣਾ। ਬਿਆਨ ਕੋਈ ਨਹੀਂ ਹੋ ਸਕਦਾ। ਔਰ ਮੈਂ ਇਹ ਪਹਿਲੇ ਦਿਨ ਵੀ ਕਹੀ ਸੀ ਔਰ ਅੱਜ ਵੀ ਕਹਿੰਦਾ ਕਿ ਪੁਲਿਸ ਗੈਂਗਸਟਰ ਮਿਨਿਸਟਰ ਬੜਾ ਵੱਡਾ ਨੈਕਸਸ ਚੱਲ ਰਿਹਾ, ਇਹ ਐਵੇਂ ਇਹ ਹਾਲਾਤ ਕਦੇ ਨਹੀਂ ਸੁਧਰਨੇ, ਕਿਉਂਕਿ ਜਦ ਤੱਕ ਇਹਨਾਂ ਜੇਲ੍ਹ ਸੁਪਰਿਟੈਂਡੈਂਟਾਂ ਨੂੰ ਲਾਉਂਦਾ ਕੌਣ ਹੈ? ਘੁੱਗੀ ਮਾਰਦਾ ਜੇਲ੍ਹ ਮਿਨਿਸਟਰ, ਜਦ ਤੱਕ ਤੁਸੀਂ ਜੇਲ੍ਹ ਮਿਨਿਸਟਰ ਦੀ ਇਨਕੁਆਇਰੀ ਨਹੀਂ ਕਰੋਗੇ ਕਿ ਉਹ ਕਿਵੇਂ ਨਹੀਂ ਜ਼ਿੰਮੇਵਾਰ? ਜੇ ਜੱਗੂ ਭਗਵਾਨਪੁਰੀਏ ਵਰਗੇ ਤਾਂ ਜਨਮਦਿਨ ਮਨਾਉਂਦੇ ਜੇਲ੍ਹਾਂ 'ਚ, ਇੱਕ ਫੋਨ 100 ਫੋਨਾਂ ਦੀ ਫੋਟੋ ਆਉਂਦੀ ਹੈ, ਔਰ ਜਨਮਦਿਨ ਮਨਾ ਕੇ ਔਰ ਇਹ ਫਿਰ ਅਗਲੇ ਦਿਨ ਖਬਰ ਲਾ ਦਿੰਦੇ ਕਿ ਫੋਨਾਂ ਦੀ ਰਿਕਵਰੀ ਹੋ ਗਈ। ਕਿਹੜੇ ਫੋਨਾਂ ਦੀ ਰਿਕਵਰੀ ਹੋ ਗਈ? ਜਿਹੜੇ ਅਫਸਰ ਇਹਨਾਂ ਦੇ ਇਸ਼ਾਰੇ 'ਤੇ ਕੰਮ ਨਹੀਂ ਕਰਦੇ, ਇਹੋ ਜਿਹੇ ਕ੍ਰਿਮੀਨਲਸ ਦੀ ਮਦਦ ਨਹੀਂ ਕਰਦੇ, ਉਹਨਾਂ ਦੇ ਖਿਲਾਫ਼ ਐਕਸ਼ਨ ਹੈ, ਦੂਜੇ ਦੇ ਖਿਲਾਫ਼ ਕੋਈ ਐਕਸ਼ਨ? ਅੱਜ ਦੀ ਡੇਟ 'ਚ ਜੇਲ੍ਹ ਪ੍ਰਸ਼ਾਸਨ ਦਾ ਇਹ ਹਾਲ ਹੋ ਗਿਆ, ਤਦੇ ਤੁਹਾਨੂੰ ਰੋਜ਼ ਦੀ ਰੋਜ਼ ਅੱਜ ਜਿੰਨੀ ਐਕਸਟੋਰਸ਼ਨ, ਜਿੰਨੀ ਕ੍ਰਿਮੀਨਲ ਐਕਟੀਵਿਟੀ, ਜਿੰਨਾ ਡਰੱਗ ਦਾ ਕਾਰੋਬਾਰ, ਜਿੰਨਾ ਫਰੌਤੀ, ਜਿੰਨੀ ਕੰਟਰੈਕਟ ਕਿਲਿੰਗ,
जेल च बैठे लोग चला रहे हैं तो सुखी रंधावा कहता मैं तो जिम्मेवार नहीं पिछली सरकार जिम्मेवार है। मैं बड़ी हैरानगी होती है कि इस तो गैर जिम्मेवार बयान केड़ा हो सकता। जेलां चंगियां बनिया माड़ी बनिया फिर तो सारिया जेलां च रोज भज जाने चाहिए। CRPF की करू जी जब जेड़े जेल सुपरिटेंडेंट कौन ला रहा है। जेल की एक एक बदली कॉन्स्टेबल तो लैके जेल सुपरिटेंडेंट तक वजीर कर रहा है। CRPF बार की कर दू चार बंद। हाउ इज मिनिस्टर नॉट रिस्पोंसिबल। जेड़ा ये इशारे ते क्रिमिनल बंदे की अंदर मदद नहीं करता वो बदली कर देंगे और बाहर थोनू ड्रामा कर देंगे मैं तो किन्ने सस्पेंड करते जी मैं और किन्ने कर दू। सस्पेंड ओ कर सस्पेंड ओ होंगे ने जेड़े ये आखे ना लगन। जेड़े ये गलत काम के भाईवाल ने वह नहीं सस्पेंड अज तक हुए। जे हो जाते जे यदा दखल हट जाए जेलों चो तो जेलों के हालात सुधर जाएंगे। मगर जब तक ये जग्गू वर्गे शह दूगा फिर सुभाविक है फिर कितने हालात बदलन। हालात नहीं बदल सकते। अज तक इन्हें जवाब दिता कि वो माता किवें सरपंच बनी बैठी है ये हल्के ग्रांटा क्यों जा रही है। एडा वड्डा नैक्सस चल रहा है और अज मैं थोनू दसदा हाले ये टिप ऑफ द आइसबर्ग है। मतलब ये बहुत छोटी जी घटना समझो बहुत खतरनाक अंजाम निकल सकते जे इस तरह ही काम चलता रहा। क्योंकि मिनिस्टर की सीधी रली मिली भुगता है माड़े अंसर नाल जेहड़े जेल च बैठे। देखो मैं रवनीत सिंह बिट्टू ने जो कहा मैं उहदे नाल बिल्कुल सहमत हूँ। बहुत ही सत्कारयोग शख्सियत ने अकाल तख्त साहब के जहेदार साहब और उन्हां बारे ये टिप्पणी रवनीत सिंह बिट्टू कोलों आनी मैं कह सकदा एक्सपैक्टिड ही सी। क्योंकि ये इंदिरा गांधी की उही सोच है जिन्हें अकाल तख्त साहब नूं पहला भी ढेरी करन की कोशिश की और उही इंदिरा गांधी की सोच बेअंत सिंह च भी जो मैं हैरान हो गया। मैं उन्हां दा इंटरव्यू सुन रहा सी कि जी सरदार बेअंत सिंह चुनिया है नुमाइंदा से 2% तो वोटां पईआं जी सारे पंजाब च 1000-2000 वोटां च तो एक MLA बन गया कितने लख लख वोट पैंदी है फिर MLA बनता है। 2000 वोटां च जब पंजाब च लोगों का बाइकाट हो तुसी उसनू चुने नुमाइंदा कहो वह चुने हुए नुमाइंदा नहीं सी वह लोगों का एक रोस से उस रोस के चोर मोरी चो जे 2000-5000 वोट लैके MLA मिनिस्टर बन गया और उन्होंने मुड़ के पंजाब की नौजवानी का जो हाल किया जो एक्सट्रा जुडिशियल किलिंग्स हुई ये भुल गए जी वह केस अपना सब तो व्डा जोड़ा चर्चित केस सी अपने वह कमीशन वाले जेडे तरन तारण तो खालड़ा कमीशन वाले जेड़े जसवंत सिंह खालड़ा इन्हों मिलन गए सर बेअंत सिंह 3 दिन बाद लभे नहीं और वो बंदे दे तुसी ठीक है थोड़े दादा जी है तुसी उन्हां दी हक की गल करो मगर जो उस समय से 3 साल जो एक्सट्रा जुडिशियल किलिंग्स हुई सी वो अज तक वह हिसाब नहीं कोई होया अज तक रौले पैंदे उन्होंने। और फिर तुसी जहेदार साहब बारे टिप्पणी शुरू कर दो तो इंदिरा गांधी की सोच ही मैनू तो दिसदी और तो कोई है नहीं। हमेशा कांग्रेस की पुरानी पॉलिसी रही है कि अकाल तख्त साहब नूं कमजोर करना और उस तहत इंदिरा गांधी ते सोच ते बिट्टू बोल रहे। बड़ी दुख की गल है और मैं समझदा कि यह जे इंसान के खिलाफ जेड़ा सिख पंथ नूं ढा लाउण की कोशिश करिया जे इंदिरा गांधी के नक्शे कदम चले उन्हां नूं लोकां ने बर्दाश्त नहीं करना। रिजल्ट ने दस ही देना फिर उन्हें कह देना मैं नहीं गया ता नहीं आई सियाणा ही कहूंगा बाकी मर्जी है जी।